ਹਾਂਜੀ ਦੋਸਤੋ ਇੱਕ ਹੋਰ ਭਰਤੀ ਸੰਬੰਧੀ ਨੋਟੀਫਿਕੇਸ਼ਨ ਲੈ ਕੇ حاضر ਹੋ ਚੁੱਕਿਆ ਪੰਜ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਹਸਪੀਟਲ ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਹਸਪੀਟਲ ਦੇ ਵੱਲੋਂ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਕਿਹੜੀਆਂ-ਕਿਹੜੀਆਂ ਪੋਸਟਾਂ ਨੇ ਜੀ ਸਿੱਧੀ ਹੀ ਇੰਟਰਵਿਊ ਹੋਣ ਜਾ ਰਹੀ ਹੈ ਜੋ ਕਿ ਬਕ ਬਕ ਦਿਨਾਂ ਦੇ ਵਿੱਚ ਬਕ ਬਕ ਪੋਸਟਾਂ ਲਈ ਇੰਟਰਵਿਊ ਹੋਵੇਗੀ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈੱਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਜੀ ਤਾਂਕੇ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜੇ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਜੀ ਅਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਐਡਵਰਟਾਈਜ਼ਮੈਂਟ ਨੰਬਰ ਨੋਟ ਕਰ ਲਓ ਜੋ ਕਿ OS/SNJ/ 23/02 ਐਡਵਰਟਾਈਜ਼ਮੈਂਟ ਨੰਬਰ ਹੈ ਜੋ 47023 ਦੀ ਡੇਟ ਦੇ ਵਿੱਚ ਜਾਰੀ ਹੋਇਆ ਜੀ ਵਾਕ ਇਨ ਇੰਟਰਵਿਊ ਰੱਖੀ ਗਈ ਹੈ ਜੀ ਜਿਸ ਦੇ ਵਿੱਚ ਰਿਪੋਰਟਿੰਗ ਟਾਈਮ ਹੈ ਜੀ 9:30 ਵਜੇ ਸਵੇਰੇ ਤੋਂ ਲੈ ਕੇ 11:00 ਵਜੇ ਤੱਕ ਹੈ ਜੀ ਤੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਹੌਮੀ ਪੱਬਾ ਕੈਂਸਰ ਹਸਪੀਟਲ ਸੰਗਰੂਰ ਪੰਜਾਬ ਦੇ ਵੱਲੋਂ ਜੋ ਕਿ ਇੱਕ TMC ਦੀ ਯੂਨਿਟ ਹੈਗੀ ਹੈ ਜੀ ਜੋ ਗ੍ਰਾਂਟਡ ਨੇ ਐਡ ਇੰਸਟੀਚਿਊਟ ਹੈ ਜੀ ਅੰਡਰ ਡਿਪਾਰਟਮੈਂਟ ਆਫ atomic energy government of india ਦਾ ਇੱਕ ادارਾ ਹੈਗਾ ਜੀ ਜਿਸ ਦੇ ਵਿੱਚ ਪੋਸਟਾਂ ਇਸ ਪ੍ਰਕਾਰ ਨੇ ਜੀ ਸਭ ਤੋਂ ਪਹਿਲਾਂ ਇਹ ਡੇਟ ਆਫ ਇੰਟਰਵਿਊ ਦੀ ਨੋਟ ਕਰੋ ਜੀ ਅਸਿਸਟੈਂਟ ਐਡਮਿਨ ਆਫੀਸਰ ਦੀ ਪੋਸਟ ਹੈ ਅਕੈਡਮਿਕਸ ਦੀ ਜੀ 19 7 2023 ਨੂੰ ਇੰਟਰਵਿਊ ਹੋਣ ਜਾ ਰਹੀ ਹੈ ਇਸ ਤੇ ਲਈ ਜੀ ਸੈਲਰੀ ਹੋਵੇਗੀ ਜੀ 30000 ਤੋਂ 35000 ਰੁਪਏ 23 ਮਹੀਨਾ ਪੋਸਟਾਂ ਦੀ ਗਿਣਤੀ 1 ਹੈ ਜੀ ਕਵਾਲੀਫਿਕੇਸ਼ਨ ਦੀ ਗੱਲ ਕਰੀਏ ਗ੍ਰੈਜੂਏਸ਼ਨ ਕੀਤੀ ਹੈ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਪੋਸਟ ਗ੍ਰੈਜੂਏਸ਼ਨ ਡਿਗਰੀ ਕੀਤੀ ਹੈ ਜਾਂ ਡਿਪਲੋਮਾ ਕੀਤਾ ਇਨ ਪਰਸਨਲ ਮੈਨੇਜਮੈਂਟ ਹਿਊਮਨ ਰਿਸੋਰਸ ਮੈਨੇਜਮੈਂਟ ਹੈਲਥ케ਅਰ ਮੈਨੇਜਮੈਂਟ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਤੇ ਐਕਸਪੀਰੀਅੰਸ ਆ 2 ਸਾਲ ਦਾ ਇਨ ਦਾ ਡਿਪਾਰਟਮੈਂਟ ਆਫ ਐਚ ਆਰ ਡੀ ਐਡਮਿਨਿਸਟ੍ਰੇਸ਼ਨ ਪਰਸਨਲ ਡੀਲਿੰਗ ਵਿਦ ਜਨਰਲ ਐਡਮਿਨਿਸਟ੍ਰੇਸ਼ਨ ਰਿਕਰੂਟਿੰਗ ਐਸਟੈਬਲਿਸ਼ਮੈਂਟ ਮੈਟਰ ਅਡਸੈਕਟਰ ਹੈ ਜੀ ਕੈਂਡੀਡੇਟ ਜੋ ਹੋਵੇਗਾ ਜੀ ਡੀਲਿੰਗ ਵਿਦ ਐਕੈਡੈਮਿਕ ਮੈਟਰ ਇਨ ਐਜੂਕੇਸ਼ਨਲ ਨੈਕਸਟ ਹੈ ਜੀ 21 ਸਤ 2023 ਨੂੰ ਜੋ ਇੰਟਰਵਿਊ ਹੋਣ ਜਾ ਰਹੀ ਹੈ ਟੈਕਨੀਸ਼ੀਅਨ ਜੋ ਕਿ ਰੇਡੀਓ ਡਾਇਗਨੋਸਿਸ ਦੀ ਪੋਸਟ ਅਨਾਉਂਸ ਕੀਤੀ ਗਈ ਹੈ ਜੀ 25000 ਤੋਂ 30000 ਰੁਪਏ ਸੈਲਰੀ ਦਿੱਤੀ ਜਾਵੇਗੀ ਪੋਸਟਾਂ ਦੀ ਗਿਣਤੀ 1 ਹੈ ਬੀਐਸਸੀ ਤੁਹਾਡੀ ਕੀਤੀ ਹੈ ਇਨ ਰੇਡੀਓਲੋਜੀਕਲ ਇਮੇਜਿਕ ਟੈਕਨੋਲੋਜੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਾਂ ਬੀਐਸਸੀ ਕੀਤੀ ਹੈ ਐਨੀ ਸਬਜੈਕਟ ਦੇ ਵਿੱਚ ਜਾਂ ਬੀ ਫਾਰਮੇਸੀ ਕੀਤੀ ਹੈ ਵਿਦ ਮਿਨਿਮਮ 2 ਇਅਰ ਡਿਪਲੋਮਾ ਇਨ ਮੈਡੀਕਲ ਇਮੇਜਿਕ ਟੈਕਨੋਲੋਜੀ ਸਟ੍ਰੋਮ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਜਾਂ ਇਸ ਦੇ ਬਰਾਬਰ ਦਾ ਡਿਪਲੋਮਾ ਕੀਤਾ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਅਤੇ 1 ਸਾਲ ਦੀ ਟਰਨਸ਼ਿਪ ਐਕਸਪੀਰੀਅੰਸ ਕਿਸੇ ਲਾਰਜ ਹਸਪੀਟਲ ਵਿਦ ਐਕਸਪੀਰੀਅੰਸ ਇਨ ਸੀਟੀ ਐਂਡ ਐਮ ਆਰ ਆਈ ਦੇ ਵਿੱਚ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਏਜ ਲਿਮਿਟ ਹੈ ਜਿਸ ਦੇ ਵਿੱਚ 30 ਸਾਲ ਉੱਪਰਲੀ ਪੋਸਟ ਦੇ ਲਈ ਏਜ ਲਿਮਿਟ ਰੱਖੀ ਗਈ ਹੈ 35 ਸਾਲ ਜੀ ਨੈਕਸਟ ਪੋਸਟ ਲਈ ਇੰਟਰਵਿਊ ਹੋਣ ਜਾ ਰਹੀ ਹੈ ਜੀ 21 7 2023 ਜੋ ਕਿ ਫਾਰਮਾਸਿਸਟ ਦੀ ਪੋਸਟ ਹੈ 25 ਤੋਂ 30000 ਰੁਪਏ ਸੈਲਰੀ ਦਿੱਤੀ ਜਾਵੇਗੀ ਜੀ ਇੱਕ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਬੀ ਫਾਰਮਾ ਕੀਤਾ ਤੁਸੀਂ ਬਿਤੇ ਮਿਨੀਮਮ 1 ਸਾਲ ਦਾ ਐਕਸਪੀਰੀਅੰਸ ਆ ਵਰਕਿੰਗ ਇਨ ਡਿਸਪੈਂਸਰੀ ਜੀ ਫਾਰਮੇਸੀ ਆਫ ਦਾ ਹਸਪੀਟਲ ਹੈਵਿੰਗ ਅ ਮਿਨੀਮਮ 200 ਬੈੱਡ ਵਾਲੇ ਜੀ ਹਸਪੀਟਲ ਦੇ ਵਿੱਚ ਜਾਂ ਡੀ ਫਾਰਮੇਸੀ ਕੀਤੀ ਹੈ 3 ਸਾਲ ਦਾ ਐਕਸਪੀਰੀਅੰਸ ਆ ਵਰਕਿੰਗ ਇਨ ਡਿਸਪੈਂਸਰੀ ਫਾਰਮੇਸੀ ਆਫ ਹਸਪੀਟਲ ਹੈਵਿੰਗ ਅ ਮਿਨੀਮਮ 200 ਬੈੱਡ ਵਾਲੇ ਹਸਪੀਟਲ ਦੇ ਵਿੱਚ ਰਜਿਸਟ੍ਰੇਸ਼ਨ ਆ ਜੀ ਸਟੇਟ ਫਾਰਮੇਸੀ ਕੌਂਸਲ ਦੇ ਵਿੱਚ ਵਿਦ ਡਿਊਲੀ ਅਲਾਟਡ ਰਜਿਸਟ੍ਰੇਸ਼ਨ ਨੰਬਰ ਇਜ਼ ਅ ਮੰਡੇਟਰੀ ਜੀ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਪਾਰਕਿੰਗ ਔਨ ਕੰਪਿਊਟਰਾਈਜ਼ਡ ਸਿਸਟਮ ਡਿਜ਼ਾਇਰੇਬਲ ਹੈ ਜੀ ਕੈਂਡੀਡੇਟ ਸ਼ੁੱਡ ਬੀ ਪ੍ਰੇਪੇਅਰ ਟੂ ਵਰਕ ਇਨ ਸ਼ਿਫਟ ਡਿਊਟੀ ਇਨਕਲੂਡਿੰਗ ਨਾਈਟ ਸ਼ਿਫਟ ਜੀ 30 ਸਾਲ ਦੀ ਏਜ ਲਿਮਟ ਰੱਖੀ ਗਈ ਹੈਗੀ ਹੈ ਜੀ ਨੈਕਸਟ ਪੋਸਟ 24 7 2023 ਨੂੰ ਇੰਟਰਵਿਊ ਹੋਣ ਜਾ ਰਹੀ ਹੈ ਜੋ ਕਿ ਟੈਕਨੀਸ਼ੀਅਨ ਹਿਸ ਹਿਸਟੋਪੈਥੋਲੋਜੀ ਦੀ ਪੋਸਟ ਦੇ ਲਈ ਇੰਟਰਵਿਊ ਹੋਣ ਜਾ ਰਹੀ ਹੈ ਜੀ 25 ਤੋਂ 30000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜੀ ਇੱਕ ਪ BSc ਤੁਸੀਂ ਕੀਤੀ ਹੈ ਬਾਇਓਕੈਮਿਸਟਰੀ ਦੇ ਵਿੱਚ ਕੈਮਿਸਟਰੀ ਦੇ ਵਿੱਚ ਬੋਟਨੀ ਦੇ ਵਿੱਚ ਜੀਓਲੋਜੀ ਦੇ ਵਿੱਚ ਲਾਈਫ ਸਾਇੰਸ ਦੇ ਵਿੱਚ ਜਾਂ ਮਾਈਕਰੋਬਾਇਓਲੋਜੀ ਦੇ ਵਿੱਚ ਤੇ 55% ਮਾਰਕਸ ਨਾਲ ਅਤੇ ਡਿਪਲੋਮਾ ਕੀਤਾ ਹੈਨ ਮੈਡੀਕਲ ਲੈਬਾਰਟਰੀ ਟੈਕਨੋਲੋਜੀ ਦੇ ਵਿੱਚ ਜਾਂ BSc ਮੈਡੀਕਲ ਲੈਬਾਰਟਰੀ ਟੈਕਨੋਲੋਜੀ ਦੇ ਵਿੱਚ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਜੇ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ ਨੈਕਸਟ ਪੋਸਟ ਨੌਸ ਕੀਤੀ ਗਈ ਜੀ OT ICU ਟੈਕਨੀਸ਼ੀਅਨ ਦੀ ਜਿਸ ਦੇ ਵਿੱਚ 24 7 2023 ਨੂੰ ਇੰਟਰਵਿਊ ਹੋਣ ਜਾ ਰਹੀ ਹੈ 25 ਤੋਂ 30000 ਰੁਪਏ ਸੈਲਰੀ ਦਿੱਤੀ ਜਾਵੇਗੀ ਜੀ ਪੋਸਟਾਂ ਦੀ ਗਿਣਤੀ 3 ਹੈ ਪਲੱਸ 2 ਤੁਸੀਂ ਸਾਇੰਸ ਵਿਸ਼ੇ ਨਾਲ ਪਾਸ ਕੀਤੀ ਹੈ ਬੀਐਸਸੀ ਬਿੱਦ ਸਰਟੀਫਿਕੇਟ ਹੋਣਾ ਚਾਹੀਦਾ ਜੀ ਡਿਪਲੋਮਾ ਕੋਰਸ ਹੋਵੇ ਇਨ ਆਈਸੀਜੀਓਟੀ ਐਂਡ 1 ਸਾਲ ਦਾ ਐਕਸਪੀਰੀਅੰਸ ਹੋਵੇ ਜੀ ਇਨ ਰੈਲੇਵੈਂਟ ਫੀਲਡ ਦੇ ਵਿੱਚ ਏਜ ਲਿਮਟ ਹੈ ਜੀ 30 ਸਾਲ ਤਾ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਐਲੀਜੀਬਲ ਕੈਂਡੀਡੇਟ ਨੇ ਜੀ ਉਹ ਅਟੈਂਡ ਕਰਨਗੇ ਜੀ ਇੰਟਰਵਿਊ ਜੋ ਕਿ ਐਚ ਆਰ ਡੀ ਡਿਪਾਰਟਮੈਂਟ 3rd ਫਲੋਰ ਨਿਊ ਬਿਲਡਿੰਗ ਹੋਮੀ ਪਾਪਾ ਕੈਂਸਰ ਹਸਪੀਟਲ ਸੰਗਰੂਰ ਪੰਜਾਬ 148001 ਵਿਖੇ ਹਾਜ਼ਰ ਹੋਣਗੇ ਜੀ ਜੋ ਕੈਂਡੀਡੇਟ ਹੋਣਗੇ ਉਹਨਾਂ ਨੇ ਆਪਣਾ ਜੀ ਕੰਪਲੀਟ ਬਾਇਓ ਡਾਟਾ ਲੈ ਕੇ ਰਿਜ਼ਿਊਮੇ ਲੈ ਕੇ ਜੀ ਪਾਸਪੋਰਟ ਸਾਈਜ਼ ਫੋਟੋਗ੍ਰਾਫ ਗ੍ਰਾਫ ਲੈ ਕੇ ਤੇ ਜੈਰੋਕਸ ਕਾਪੀ ਲੈ ਕੇ ਜੀ ਪੈਨ ਕਾਰਡ ਦੇ ਆਧਾਰ ਕਾਰਡ ਦੇ ਸਾਰੇ ਐਜੂਕੇਸ਼ਨਲ ਐਕਸਪੀਰੀਅੰਸ ਸਰਟੀਫਿਕੇਟਾਂ ਦੇ ਜੀ ਪਹੁੰਚਣਾ ਹੈਗਾ ਜੀ ਜੇ ਜ਼ਿਆਦਾ ਕੈਂਡੀਡੇਟ ਹੋਣਗੇ ਤਾਂ ਉਹਨਾਂ ਦੇ ਲਈ ਐਮਸੀਕਿਊ ਟੈਸਟ ਕੰਡਕਟ ਕਰਵਾਇਆ ਜਾਵੇਗਾ ਜੀ ਐਲੀਜੀਬਲ ਕੈਂਡੀਡੇਟ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ ਇੰਟਰਵਿਊ ਦੇ ਲਈ ਅਕੋਰਡਿੰਗਲੀ ਜੀ ਏਸੀ ਅੱਜ ਦਾ ਨੋਟੀਫਿਕੇਸ਼ਨ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜੀ ਇਹ ਜੋ ਹੈ ਐਮਐਸ ਪ੍ਰਿੰਸੀਪਲ ਸਿਕਿਉਰਿਟੀ ਐਂਡ ਅਲਾਈਡ ਸਰਵਿਸ ਪ੍ਰਾਈਵੇਟ ਲਿਮਟਿਡ ਜੀ ਆਊਟਸੋਰਸਿੰਗ ਏਜੰਸੀ ਹੈ ਜੋ ਕਿ ਇਹਨਾਂ ਪੋਸਟਾਂ ਨੂੰ ਭਰੇਗੀ ਜੀ ਇਹ ਕੰਟਰੈਕਟ ਬੇਸ ਦੇ ਉੱਤੇ ਪੋਸਟਾਂ ਅਨਾਉਂਸ ਕੀਤੇ ਜਾਣਗੇ ਜੀ ਜਲਦੀ ਤੋਂ ਜਲਦੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਆ ਕਰੋ ਕਿਉਂਕਿ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲਿਆ ਕੇ ਉਹਨਾਂ ਜਾਣਕਾਰੀ ਲੱਭ ਕੇ ਲਿਆ ਕੇ ਉਹਨਾਂ ਕਿਸੇ ਨਾ ਤੁਹਾਡੀ ਸ਼ੇਅਰ ਦੀ ਬਦੌਲਤ ਕਿਸੇ ਨਾ ਕਿਸੇ ਨੂੰ ਰੁਜ਼ਗਾਰ ਮਿਲ ਸਕਦਾ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ